ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਉੱਤੇ। ਅਤੇ ਅੱਜ ਦਾ ਵੀਡੀਓ ਦਾ ਟੌਪਿਕ ਆ ਬਈ ਰੀਡਿੰਗ ਦੇ ਟਿਪਸ ਐਂਡ ਟ੍ਰਿਕਸ, ਹੈ ਨਾ। ਹੁਣ ਤੁਸੀਂ ਯਾਰ ਕਹੋਗੇ, ਰੀਡਿੰਗ ਨੂੰ ਹਊਆ ਬਣਾ ਕੇ ਰੱਖਿਆ ਪਿਆ ਸਾਰਿਆਂ ਨੇ ਕਿ ਰੀਡਿੰਗ ਰੀਡਿੰਗ ਰੀਡਿੰਗ। ਮੈਨੂੰ ਬਹੁਤ ਜ਼ਿਆਦਾ ਮੈਸੇਜ ਆਏ ਕਿ ਵੀ ਰੀਡਿੰਗ 'ਤੇ ਹੀ ਵੀਡੀਓ ਬਣਾਓ, ਕਈ ਕਹਿੰਦੇ ਵੋਕੈਬਲਰੀ ਦੇ ਵਰਡ ਦੱਸੋ, ਕਈ ਕਹਿੰਦੇ ਐਮ ਸੀ ਕਿਊ 'ਤੇ ਬਣਾਓ। ਮੈਂ ਸਾਰਾ ਕੁਝ ਦੱਸੂੰਗਾ। ਦੂਜੀ ਗੱਲ ਯਾਰ, ਰੀਡਿੰਗ ਵਿੱਚ ਕਦੀ ਵੀ ਇਵੇਂ ਨਹੀਂ ਹੁੰਦਾ ਜੇ ਤੁਸੀਂ ਰੀਡਿੰਗ 'ਚ ਕੋਈ ਟ੍ਰਿਕ ਯੂਜ਼ ਕਰੋਗੇ, ਉਹ ਕੰਮ ਆਉਂਦੀਆਂ ਨੇ, ਡੈਫੀਨੇਟਲੀ ਆਉਂਦੀਆਂ ਨੇ। ਪਰ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗਾ ਕਿ ਬੰਦੇ ਨੂੰ ਇੱਕ ਨੂੰ ਫੋਲੋ ਕਰਨਾ ਸਟਾਰਟ ਕਰੋ। ਜਿਵੇਂ ਤੁਸੀਂ, ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਵੀਡੀਓ ਦੇਖਦੇ ਹੋ, ਉਹਦੇ ਵਿੱਚ ਉਹਨਾਂ ਦਾ ਤਰੀਕਾ ਡਿਫਰੈਂਟ ਹੁੰਦਾ ਆ, ਦੂਸਰੇ ਬੰਦੇ ਦਾ ਤਰੀਕਾ ਡਿਫਰੈਂਟ ਹੁੰਦਾ ਆ, ਠੀਕ ਆ। ਫੋਰ ਐਗਜ਼ਾਮਪਲ, ਜਦੋਂ ਤੁਸੀਂ ਇੱਕ ਇੰਸਟੀਟਿਊਟ ਜੁਆਇਨ ਕਰਦੇ ਹੋ, ਫਿਰ ਉਸ ਤੋਂ ਬਾਅਦ ਦੂਸਰਾ ਇੰਸਟੀਟਿਊਟ ਜੁਆਇਨ ਕਰੋਗੇ, ਉਹਨਾਂ ਦਾ ਪੈਟਰਨ ਟੋਟਲੀ ਡਿਫਰੈਂਟ ਹੁੰਦਾ ਆ। ਜਿੱਦਾਂ ਮੈਨੂੰ ਇੱਕ ਵੀਰ ਦਾ ਮੈਸੇਜ ਆਇਆ ਸੀ ਕਿ ਯਾਰ ਓਵਰਆਲ ਅਸੀਂ ਉੱਪਰ ਲਿਖੀਏ ਜਾਂ ਓਵਰਆਲ ਥੱਲੇ ਲਿਖੀਏ। ਵੀਰ, ਇਹ ਡਿਪੈਂਡ ਨਹੀਂ ਕਰਦਾ, ਠੀਕ ਹੈ। ਹੁਣ ਕਈ ਇੰਸਟੀਟਿਊਟ ਜਾਵਾਂਗੇ, ਉਹ ਕਹੋਗੇ ਕਿ ਪੈਟਰਨ ਚੇਂਜ ਹੋ ਚੁੱਕਾ, ਓਵਰਆਲ ਤੁਸੀਂ ਉੱਪਰ ਲਿਖੋ ਇੰਟਰੋਡਕਸ਼ਨ ਤੋਂ ਬਾਅਦ, ਕਈ ਕਹੋਗੇ ਨੀਚੇ ਲਿਖੋ। ਇਹ ਇੰਸਟੀਟਿਊਟ ਵਾਲਿਆਂ ਦੀ ਆਪਣੀ ਆਪਣੀ ਟੈਕਨੀਕਸ ਆ ਯਾਰ, ਓਵਰਆਲ ਮੈਟਰ ਨਹੀਂ ਕਰਦਾ ਐਗਜ਼ਾਮੀਨਰ ਨੂੰ। ਜੇ ਤੁਸੀਂ ਵਿੱਚ ਕੁਛ ਨਹੀਂ ਲਿਖਿਆ, ਓਵਰਆਲ ਨੂੰ ਉਹਨੇ ਚੱਟਣਾ ਆ, ਠੀਕ ਹੈ ਕਿ ਨਹੀਂ। ਓਵਰਆਲ ਮੈਟਰ ਕਰਦਾ ਆ ਤੁਹਾਡੇ ਉੱਤੇ ਕਿ ਤੁਸੀਂ ਮਤਲਬ ਕੀ ਲਿਖ ਲਿਓ ਓਵਰਆਲ ਦੇ ਵਿੱਚ। ਮੈਂ ਤਾਂ ਹਮੇਸ਼ਾ ਓਵਰਆਲ ਲਾਸਟ 'ਚ ਹੀ ਲਿਖਿਆ ਆ, ਰਾਈਟਿੰਗ ਦੀ ਗੱਲ ਦੱਸ ਰਿਹਾ। ਦੂਜੀ ਗੱਲ, ਆਪਣੇ ਆਪ 'ਤੇ ਬਿਲੀਵ ਕਰਨਾ ਸਿੱਖੋ। ਬਿਲੀਵ ਇਨ ਯੂਅਰ ਸੈਲਫ ਐਂਡ ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ। ਇਹ ਬੰਦੇ ਨੇ ਕਲੀਅਰ ਕੀਤੀ ਆ ਆਇਲਸ, ਫੋਰ ਐਗਜ਼ਾਮਪਲ ਰਾਮ ਨੇ ਕਲੀਅਰ ਕੀਤੀ ਆ, ਸ਼ਾਮ ਦੀ ਕਲੀਅਰ ਨਹੀਂ ਹੋ ਰਹੀ, ਤਾਂ ਰਾਮ ਨੇ ਇੱਦਾਂ ਦਾ ਕੀ ਕੀਤਾ, ਉਹਦੀ ਕਲੀਅਰ ਹੋ ਗਈ। ਉਹ ਵੀ ਹੈ ਇਨਸਾਨ ਹੀ ਆ ਨਾ, ਉਹਨੇ ਵੀ ਕੀਤੀ ਆ ਨਾ ਕਲੀਅਰ, ਤਾਂ ਯਾਰ ਤੁਸੀਂ ਵੀ ਕਰ ਸਕਦੇ ਹੋ, ਠੀਕ ਆ। ਹੁਣ ਮੈਂ ਇੱਕ ਦੱਸਦਾ ਹਾਂ, ਫੋਰ ਐਗਜ਼ਾਮਪਲ ਮੇਰੇ ਫਰੈਂਡ ਨੇ ਆਇਲਸ ਕਲੀਅਰ ਕਰ ਲਈ, ਮੇਰੀ ਕਲੀਅਰ ਨਹੀਂ ਹੋ ਰਹੀ, ਮੈਨੂੰ ਜੈਲਸੀ ਫੀਲ ਹੋ ਗਈ ਯਾਰ, ਉਹਨੇ ਕਲੀਅਰ ਕਰ ਲਈ, ਹੁਣ ਉਹਨੇ ਕੈਨੇਡਾ ਚਲ ਜਾਣਾ, ਯਾਰ ਕੀ ਆ। ਉਹ ਬਾਈ, ਉਹਨੇ ਕਲੀਅਰ ਕੀਤੀ, ਉਹ ਵੀ ਬੰਦਾ ਹੀ ਆ, ਉਹਦੇ ਵੀ ਦੋ ਅੱਖਾਂ, ਦੋ ਕੰਨ, ਇੱਕ ਨੱਕ, ਜੋ ਵੀ ਆ ਵਟ ਐਵਰ, ਸਾਰਾ ਕੁਝ ਸੇਮ ਆ ਨਾ। ਜੇ ਉਹ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ, ਤੁਸੀਂ ਉਹ ਤੋਂ ਬੈਟਰ ਕਰ ਸਕਦੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਅੱਜ ਇੱਕ ਦੱਸਦਾ ਹਾਂ, ਸਿੰਪਲ ਜੀ ਗੱਲ ਦੱਸਦਾ। ਜਿਵੇਂ ਅੱਜ ਦਾ ਟੌਪਿਕ ਆਪਾਂ ਲਾ ਲੈਂਦੇ ਹਾਂ ਰੀਡਿੰਗ, ਠੀਕ ਹੈ। ਥੋੜ੍ਹੀ ਲਾਈਟ ਕਾਲ ਕਰ ਲਈਏ, ਰੀਡਿੰਗ ਟਿਪਸ ਐਂਡ ਟ੍ਰਿਕਸ। ਇਹਦੇ ਵਿੱਚ ਮੈਂ ਤੁਹਾਡਾ ਕਵਰ ਕਰੂੰਗਾ ਸਾਰਾ ਕੁਛ, ਠੀਕ ਹੈ। ਕਿਵੇਂ ਕਿ ਇੱਕ ਮਿੰਟ, ਟਾਈਮ ਮੈਨੇਜਮੈਂਟ ਵਗੈਰਾ, ਏ ਟੂ ਜੈਡ ਚੀਜ਼ਾਂ ਮੈਂ ਇਹਦੇ 'ਚ ਕਵਰ ਕਰ ਦੂੰਗਾ। ਫਸਟ ਆਫ ਆਲ ਆਪਾਂ ਕਰਾਂਗੇ ਟਾਈਮ ਮੈਨੇਜਮੈਂਟ ਦੀ ਗੱਲ, ਕਿ ਆਪਾਂ ਰੀਡਿੰਗ 'ਚ ਕਿਵੇਂ ਕਵਰ ਕਰੀਏ, ਠੀਕ ਹੈ। ਫੋਰ ਐਗਜ਼ਾਮਪਲ ਸਾਡੇ ਕੋਲ ਰੀਡਿੰਗ 'ਚ ਹੁੰਦੇ 60 ਮਿੰਟ। ਧਿਆਨ ਨਾਲ ਇਹ ਚੀਜ਼ ਨੂੰ ਸੁਣ ਲਿਓ, ਕਿਉਂਕਿ ਤੁਸੀਂ ਮੈਨੂੰ ਫਿਰ ਕਹੋਗੇ ਭਾਅ ਜੀ ਟਾਈਮ ਮੈਨੇਜਮੈਂਟ 'ਤੇ ਬਣਾ ਕੇ ਦਿਓ। ਅਤੇ ਟਾਈਮ ਮੈਨੇਜਮੈਂਟ ਦੀ ਗੱਲ ਕਰਕੇ ਉਸ ਤੋਂ ਬਾਅਦ ਮੈਂ ਐਮ ਸੀ ਕਿਊ 'ਤੇ ਵੀ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਬਣਾਊਂਗਾ ਇਹਦੇ ਪਿੱਛੇ। 60 ਮਿੰਟ ਹੁੰਦੇ ਆ ਸਾਡੇ ਕੋਲ ਵੀਰੋ, ਉਹਦੇ ਵਿੱਚ ਪੈਸੇਜ 1 ਹੁੰਦਾ, ਪੈਸੇਜ 2 ਹੁੰਦਾ, ਪੈਸੇਜ 3 ਹੁੰਦਾ। ਹੁਣ ਬੰਦਿਆਂ ਦੇ ਦਿਮਾਗ ਵਿੱਚ ਕੀ ਆ, ਦਿਮਾਗ ਦੀ ਸੋਚ, ਥਰਡ ਪੈਸੇਜ ਤਾਂ ਬਹੁਤ ਹੀ ਟਫ ਆਉਂਦਾ ਆ, ਠੀਕ ਆ, ਅਤੇ ਸੈਕਿੰਡ ਵਾਲਾ ਠੀਕ ਠੀਕ ਆਉਂਦਾ ਆ, ਅਤੇ ਫਸਟ ਵਾਲਾ ਈਜ਼ੀ ਆਉਂਦਾ ਆ। ਹੁਣ ਲਾ ਕੇ ਚੱਲੋ 20 ਮਿੰਟ ਇੱਥੇ, 20 ਮਿੰਟ ਇੱਥੇ, 20 ਮਿੰਟ ਇੱਥੇ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ, ਅਨਫੋਰਚੁਨੇਟਲੀ ਤੁਹਾਨੂੰ ਦੱਸਦਾ, 20% ਚਾਂਸਿਸ ਹੁੰਦੇ ਨੇ ਜਿਹਦੇ ਵਿੱਚ ਇਹ ਪੈਟਰਨ ਉਲਟਾ ਆ ਜਾਂਦਾ। ਉਲਟਾ ਕਿਵੇਂ, ਫਸਟ ਪੈਸੇਜ ਆ ਜਾਂਦਾ ਬਹੁਤ ਹੀ ਔਖਾ, ਫਸਟ ਪੈਸੇਜ ਬਹੁਤ ਔਖਾ, ਸੈਕਿੰਡ ਵਨ ਥੋੜ੍ਹਾ ਜਿਹਾ ਈਜ਼ੀ, ਅਤੇ ਥਰਡ ਵਨ ਈਜ਼ੀ, ਠੀਕ ਹੈ। ਹੁਣ ਤੁਸੀਂ ਕਹੋਗੇ ਕਿ ਫਿਰ ਇਹਦੇ ਵਿੱਚ ਤੁਸੀਂ ਟਾਈਮ ਕਿਵੇਂ, ਤੁਹਾਡਾ ਟਾਈਮ ਮੈਨੇਜ ਹੋਊਗਾ ਹੀ ਨਹੀਂ, ਕਿਉਂ, ਫਸਟ ਪੈਚ ਔਖਾ ਆ ਗਿਆ। ਤੁਸੀਂ ਫਸਟ ਨੂੰ ਈਜ਼ੀ ਦੇ ਚੱਕਰ ਦੇ ਵਿੱਚ ਤੁਸੀਂ ਸੋਚੋਗੇ ਕਿ ਯਾਰ ਫਸਟ ਤਾਂ ਈਜ਼ੀ ਹੈ, ਜੇ ਫਸਟ ਹੀ ਨਹੀਂ ਸਾਡੇ ਕੋਲ ਕਲੀਅਰ ਹੋ ਰਿਹਾ ਤਾਂ ਸੈਕਿੰਡ ਉਸ ਤੋਂ ਵੀ ਔਖਾ ਹੋਊਗਾ, ਤਾਂ ਥਰਡ ਤਾਂ ਸਭ ਤੋਂ ਹੀ ਜ਼ਿਆਦਾ ਔਖਾ ਹੋਊਗਾ। ਫਸਟ 'ਤੇ ਹੀ 13 ਕੁਐਸਚਨ ਦੇ ਉੱਤੇ ਬੱਚੇ ਕੀ ਕਰਦੇ ਨੇ, ਆਪਣਾ 25 ਤੋਂ 30 ਮਿੰਟ ਲਗਾ ਦਿੰਦੇ ਨੇ, ਠੀਕ ਹੈ। 30 ਮਿੰਟ ਇਹਦੇ 'ਤੇ ਲਗਾ ਤੇ, ਪੈਸੇਜ ਸੋਲਵ ਨਹੀਂ ਆ, 13 ਵਿੱਚੋਂ ਕਿੰਨੇ ਕੁਐਸਚਨ ਸਹੀ ਕੀਤੇ ਪਤੰਦਰਾਂ ਨੇ, 4, ਠੀਕ ਆ, 4 ਕੁਐਸਚਨ ਸਹੀ ਕਰ ਲਏ। ਉਸ ਤੋਂ ਬਾਅਦ ਇਹਦੇ ਉੱਤੇ ਕਿੰਨਾ ਲਗਾ ਤਾ ਇਹਨਾਂ ਨੇ, ਇਹ ਟੋਟਲ ਲਗਾ ਲਓ 25 ਮਿੰਟ ਲਗਾ ਲਓ ਇਹਦੇ 'ਤੇ ਲਗਾ ਤੇ, ਠੀਕ ਆ। ਕਿਉਂਕਿ ਇਹ ਵਾਲਾ ਇਹਦੇ ਨਾਲੋਂ ਈਜ਼ੀ ਸੀ, ਇਹਦੇ ਵਿੱਚੋਂ ਚਲੋ ਲਗਾ ਲਓ, ਮੈਂ ਤੁਹਾਡੇ ਮੰਨ ਸਕਦਾ, ਤੁਸੀਂ ਇਹਦੇ ਵਿੱਚੋਂ 13 ਵਿੱਚੋਂ ਲਗਾ ਲਓ, ਫੋਰ ਐਗਜ਼ਾਮਪਲ 8 ਕੁਐਸਚਨ ਸਹੀ ਕਰ ਦਿੱਤੇ, ਥਰਡ 'ਤੇ ਆ ਗਏ, ਠੀਕ ਹੈ, ਥਰਡ ਪੈਸੇਜ ਦੇ ਉੱਤੇ ਆ ਗਏ। ਹੁਣ ਥਰਡ ਪੈਸੇਜ 'ਤੇ ਤੁਸੀਂ ਕਨਫਿਊਜ਼ ਹੋ ਜਾਣਾ
क्योंकि तुहाडे कोल हैगे 15 मिनट 15 मिनट, ठीक है 15 मिनट हैगे तुहाडे कोल, सॉरी फॉर दैट 5 मिनट 5 मिनट नॉट 15, 5 मिनट आ तुहाडे कोल, ठीक है। पहले विच 13 मिनट लाते, दूजे विच जी 25 ला दिते, साढ़े जी जिहड़े टाइम वो तो एवें लंघ गया, क्यों 55 मिनट तो असी इतें फूक दते ना दोनों पैसेजों से, तो ये 8 ठीक कर ले, दूजे 4 ठीक कर ले, थर्ड पैसे की किया भाई तो ईजी बहुत आ, बंदे ने जल्द देखे तो ईजी बहुत आ, ये क्वेश्चन मैं ऐ कर लेने चुटकियाँ टाइम किन्ना भीरे तुहाडे कोल 5 मिनट, 5 मिनट में मैक्सीम कि 4 क्वेश्चन तुम ठीक कर सकते हो, ठीक है 4 क्वेश्चन ठीक किए ना तो आंसर चैक कर टाइम, ठीक है 18 18 8 8 किन्ने हो गए 4 4 8 हो गए, तो एक और 8 हो गया 16 हो गए स्टक, फिर जाके तुम उ अपने 5 5 5 5, ठीक है ध्यान ना गल मेरी सुनियो, हो गए स्टक ये 16 लै गए। उ जे तुम पैसेज वन देखिया ये क्वेश्चन चैक कर रहे हो, नहीं 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 ये नहीं आता, चलो एक कर लिया ये नहीं आता छे फेकरा कर लिया, नहीं आता फेकरा नहीं आता फेकरा 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 अगे चलते हाँ, चलो ये कर लिया फेकरा ये कर लिया फेकरा, चलो ठीक है 1 2 3 4 5 चलो 5 पैसेज वन चो कर लिया, बाकी तुम लीव कर दते कि चलो बाद देखा, ठीक है ये टाइम स्पेंड कर दिता अपना 20 मिनट लगा लो, ठीक है पैसेज 2 दे आ गए, पैसेज 2 दे विच इहदे विच 5 ठीक थी, पैसेज 2 दे विच तुसीं घट्टो घट कर ले 6, ठीक है दोनों तुहाडे बन गए 11, ठीक है 11 बन गए 11 बन गए, ठीक है पैसेज तां तुहाडा ईजी बहुत सीगा, तुहाडे कोल टाइम की है इहदे ते 20 इहदे 20 इहदे ते भी 20 मिनट लाए, पैसेज ईजी बहुत आ भाई 11 तुहाडे कोल बन गए, हुण सानूं टोटल किन्ने मार्क्स चाहिए आ, ठीक है ना उहदे हिसाब नाल तुसीं इहनूं करना आ, ठीक है सॉरी फॉर दैट, ठीक है हुण तुसीं पैसे 3 दे उत्ते अगे 20 मिनट आ, 20 मिनट दे विच तुसीं घट्टो घट किन्ने किते 13 क्वेश्चन सीगे तुहाडे यार 12 ठीक हो गए, ठीक है 12 ठीक हो गए, हुण 12 क्वेश्चन तुहाडे ए हो गए 11 ए हो गए 5 ए हो गए, टोटल लगा लो 8 किन्ने हो गए देख लो आप ही देख लो 28 हो गए वीरो, तुहाडे 6.5 तां इहदे च ही आ गए, समझ आई टाइम मैनेजमेंट करन दी टेक्नीक जिहड़ी मैं तुहानूं दसी, समझ आई 6.5 तो ये चो आ गए, ये मैं चीज़ कहना आ कि पैसेज 1 पैसेज 2 पैसेज 3 नहीं मैं ना लैके चलो कि पैसेज 1 ही साडा ईजी आऊगा 2 ही, अनफॉर्चुनेटली मैं भी जो एग्जाम दिता सी मेरा पैसेज 3rd फर्स्ट से इन्ना औखा आ गया तो मैं हौच पौच हो गया कि यार जे पहला ही पैसेज इन्ना औखा तो 2nd तो उस तो भी होगा तो 3rd तो उस तो भी होगा, जाते 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 लास्ट में यार मेरे को भी टाइम फिर भी मैं 15 मिनट बचा ले सी, उस मैं फिर भी 3rd पैसेज के क्वेश्चन करे आया सी, ठीक है मैंने पता सी कि हाँ मेरे 3rd पैसेज के क्वेश्चन मैंने समझ आ गया सी कि ईजी आ, ये मैं ट्रिक तुहानू दस रहा था क्योंकि ये बहुत सारे स्टूडेंटा नाल चीज़ हो चुकी आ, जे तुहानू इन्नी चीज़ समझ आ गई तो देख लो टाइम मैनेज इवें करना आ, जे तुहाडा बाय द वे पैसेज 1 जिहड़ा ते पैसेज 2 पैसेज 3 सेम पैटर्न ना आ जाए कि ईजी आ, ये 15 मिनट स्पेंड करो बाकी क्वेश्चन लीव कर दो, ठीक है ये टोटल अपने 20 मिनट करो बाकी लीव कर दो, 25 मिनट करो ठीक है बाकी लीव कर दो, ठीक है मतलब कि लीव नहीं करनी वो तुसी अपना मतलब कि रखो कर लो, मतलब ये 20 मिनट ये ला लो कि हो गया 40 एंड 50 55 55 हो गया, 5 मिनट आओ 5 मिनट बाद जो तुहाडे बचे ने उन्हों तुसी कुछ कर तो नहीं सकते, तुक्के लगा दो तुक्के लगा दो। ट्रू फॉल्स में एक ट्रिक देख लो जी मैं तुम्हें पहला भी एक्सप्लेन की, ट्रू फॉल में जिसे जिहड़े क्वेश्चन च कंपैरिजन होया ना एक चीज़ तो दूसरी चीज़ ना कंपैरिजन होया उसनू तुसी नॉट गिवन ही लगा दो क्योंकि टाइम नहीं है 5 मिनट में की करूँगे स्पैलिंग मिसटेक भी चैक करनी है, चलो ठीक है तुसी उहदे विच नॉट गिवन लगा के बाकी की कर देना आ, ट्रू ट्रू ठीक है ट्रू ट्रू सारे ट्रू कर दो बाकी लक ते डिपेंड करदा आ, मैं तो हमेशा सारे ट्रू ही करके आया सी, बाकी देखी जाओ ये टैक्नीक अपना लो, ठीक है टाइम बचाने के लिए मैं कह रहा सिर्फ टाइम नहीं, जिन्हों तो आता चंकी तरह वो चंकी तरह आराम के नाल ही बैठ के करो अपना, ठीक है हूँ गल आती है बई रीडिंग दे MCQ मल्टीपल चॉइस क्वेश्चन, भाजी मल्टीपल चॉइस क्वेश्चन ये नहीं आते समझ नहीं आते, बहुत ज़्यादा मैसेजिज आए ने मैनू MCQ ते, हूँ MCQ ते मैं तुहानू वीडियो बना लगा हाँ, चलो MCQ देखते हैं
ਆ ਬੁੱਕ ਵੀ ਮੈਂ ਇਹਦੀ PDF ਆ ਬੱਚਿਆਂ ਨੂੰ ਬਹੁਤ ਜ਼ਿਆਦਾ ਨੂੰ ਸੈਂਡ ਕੀਤੀ ਆ, ਤੁਸੀਂ ਚਾਹੀਦੀ ਆ ਤਾਂ ਲੈਟ ਮੀ ਨੋ ਇਨ ਕਮੈਂਟ ਸੈਕਸ਼ਨ। ਇਹ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਐਗਜ਼ਾਮ ਦੇਵਾਂਗੇ। ਠੀਕ ਹੈ, ਹੁਣ MCQ ਪੈਸੇਜ, ਚਲੋ ਰੀਡਿੰਗ MCQ ਲਗਾ ਲਓ, ਜੋ ਵੀ ਹੈ ਇਹਦਾ ਹੀ ਲਗਾ ਲਓ ਜਿਹੜਾ ਮੈਂ ਤੁਹਾਨੂੰ ਫਿਲਿਪਸ ਕਰਾਇਆ ਸੀ, ਇਹਦਾ ਹੀ MCQ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਠੀਕ ਹੈ, ਇਹਦੇ MCQ ਐਕਸਪਲੇਨ ਕਰਨ ਦੇ ਲਈ ਕੀ ਕਰਾਂਗੇ ਅਸੀਂ ਕਿ ਆਹ ਦੇਖੋ ਐਮਸਟਾਮ ਜੋ ਵੀ ਆ ਬਾਈਕ ਸ਼ੇਅਰਿੰਗ ਸਕੀਮ 1992 ਕੁਸ਼ਚਨ ਕਹਿੰਦੇ ਵਿਚ ਟੂ ਆਫ ਦੀ ਫੋਲੋਇੰਗ ਸਟੇਟਮੈਂਟ ਆਰ ਮੇਡ ਇਨ ਦਾ ਟੈਕਸ, ਕਿਹੜੀਆਂ ਦੋ ਸਟੇਟਮੈਂਟਾਂ ਆ ਟੈਕਸ ਦੇ ਵਿੱਚ ਮੇਡ ਕੀਤੀਆਂ ਗਈਆਂ, MCQ ਆ ਗਿਆ ਸਾਨੂੰ। ਠੀਕ ਆ, ਦੋ ਇਹਨਾਂ ਦੇ ਵਿੱਚੋਂ ਠੀਕ ਆ, ਇਹਦੇ ਵਿੱਚ ਆਪਾਂ ਨਾ ਐਲੀਮੀਨੇਸ਼ਨ ਮੈਥਡ ਯੂਜ਼ ਕਰਨਾ। ਪਹਿਲਾਂ ਇਹਨੂੰ ਪੜ੍ਹੋ, 99 ਨੰਬਰਾਂ ਸੀ। ਠੀਕ ਆ, ਪੀਪਲ ਹੈਡ ਬਿਕਮ ਮੋਰ ਇਨਵਾਇਰਮੈਂਟਲੀ ਕੰਸ਼ੀਅਸ ਐਂਡ 99 ਆ ਗਿਆ। ਠੀਕ ਆ, ਇਹ ਨਿਊ ਵਾਜ ਲਾਂਚ ਇਨ 99। ਦੇਖੋ ਆਪਾਂ ਇਹਦੀ ਕੀਵਰਡ ਹੀ ਦੇਖਣੇ, ਟਾਈਮ ਨਹੀਂ ਹੁੰਦਾ MCQ ਜ਼ਿਆਦਾ ਟਾਈਮ ਨਹੀਂ ਲਗਾਉਣਾ ਇਹਨੂੰ ਸੋਲਵ ਕਰਨ ਨੂੰ। ਇਟ ਵਾਜ਼ ਇਨੀਸ਼ਲੀ ਗਵਰਨਮੈਂਟ ਦੀ ਕੋਈ ਗੱਲ ਹੋਈ ਆ, ਦੇਖ ਲੈਣਾ 99। ਹਾਊਐਵਰ ਰਾਈਡਿੰਗ ਬਾਈਕ ਵਾਜ਼ ਨੋ ਲੋਂਗਰ ਫਰੀ, ਨਹੀਂ ਰਹੀਆਂ, ਇਟਸ ਕੋਸਟ ਹੋਣ ਲੱਗ ਪਈ। ਠੀਕ ਆ, ਪਰ ਚਿਪ ਪਰ ਪੇਮੈਂਟ ਐਂਡ ਦੀ ਚਿਪ ਕਾਰਡ ਵੱਲ ਮਤਲਬ ਡੱਚ ਬੈਂਕ ਵੱਲ ਬਣਾਈ ਗਈ। ਦਾ ਡਿਜ਼ਾਇਨ ਏ ਕੋਨਸਪੀਅਸ ਸਟੱਡੀ ਵਾਈਟ ਬਾਈਕ ਲੋਕਡ ਇਨ ਸਪੈਸ਼ਲ ਰੈਕ ਲਗਾ ਦਿੱਤੇ ਗਏ, ਕੁਡ ਵੀ ਓਪਨ ਵੀ ਦੇ ਚਿਪ ਦੇ ਨਾਲ ਓਪਨ ਹੁੰਦੇ ਸੀ, ਵਟ ਐਵਰ ਡਿੰਗ ਡਿੰਗ। ਠੀਕ ਹੈ, ਕੋਈ ਨਹੀਂ ਗੱਲ ਹੋਈ। ਇਟ ਫੇਲਡ ਵੈਨ ਦਾ ਪਾਰਟਨਰ ਇਨ ਦਾ ਸਕੀਮ ਵਿਦਡਰੋਅ ਸਪੋਰਟ, ਕੋਈ ਸਪੋਰਟ ਵਿਦਡਰੋਅ ਹੋਈ ਆ, ਦੇਖਦੇ ਹਾਂ। ਇਟ ਬਿਕਮ ਮੋਰ ਸਕਸੈਸਫੁਲ, ਇਹਦੀ ਵੀ ਕੰਪੈਰੀਜ਼ਨ ਹੀ ਨਹੀਂ ਹੋਈ, ਕੋਈ ਕੰਪੈਰੀਜ਼ਨ ਹੋਇਆ ਨਹੀਂ ਹੋਇਆ। ਇਟ ਵਾਜ਼ ਮੇਨ ਪੋਸੀਬਲ ਬਾਏ ਚੇਂਜ ਇਨ ਦਾ ਪੀਪਲ ਐਟੀਟਿਊਡ, ਪੀਪਲ ਐਟੀਟਿਊਡ ਦੀ ਕੋਈ ਗੱਲ ਹੋਈ ਆ, ਹੋ ਸਕਦਾ। ਇਟ ਅਟਰੈਕਟ ਇੰਟਰਸਟ, ਅਟਰੈਕਟ ਇੰਟਰਸਟ ਦੀ ਕੋਈ ਗੱਲ ਹੋਈ ਆ, ਨਹੀਂ ਹੋਈ। ਦੇਖੋ ਦੋ ਆਂਸਰ ਨੇ, ਇਹ ਤਾਂ ਜਮ੍ਹਾਂ ਹੀ ਐਲੀਮੀਨੇਟ ਕਰ ਦਿੱਤੇ ਕਿਉਂਕਿ ਮਿਲਦੇ ਨਹੀਂ ਸੀ, ਇਹ ਵੀ ਮੈਨੂੰ ਡਾਊਟ ਨੇ। ਠੀਕ ਆ, ਐਲੀਮੀਨੇਟ ਦੋ ਆਂਸਰ ਤਾਂ ਆਉਣੇ ਆ, ਇਹ ਤਾਂ ਜਮ੍ਹਾਂ ਹੀ ਨਹੀਂ ਸੀ, ਇਸ ਕਰਕੇ ਐਲੀਮੀਨੇਟ ਬਚੇ ਸਾਡੇ ਕੋਲ, ਇਹ ਦੋ ਹੀ ਆ। ਕਿਉਂ? ਕਿਉਂਕਿ ਉਹਨੇ ਵਿੱਚ ਸਾਡੀ ਕੋਈ ਗਵਰਨਮੈਂਟ ਦੀ ਗੱਲ ਨਹੀਂ ਹੋਈ, ਨਹੀਂ ਹੋਈ ਸਕਸੈਸਫੁਲ, ਕੋਈ ਕੰਪੈਰੀਜ਼ਨ ਨਹੀਂ ਹੋਇਆ ਇਹ ਚੀਜ਼ ਨਾਲ, ਨਹੀਂ ਹੋਇਆ ਇੰਟਰਸਟ ਦੀ ਕੋਈ ਗੱਲ ਨਹੀਂ ਹੋਈ, ਨਹੀਂ ਹੋਈ। ਅੱਛਾ, ਹੁਣ ਇਹ ਦੇਖ ਲੈਂਦੇ ਇਹ ਸਾਡੇ ਸਹੀ ਆ ਕਿ ਨਹੀਂ ਸਹੀ ਆ। ਫੇਲ ਹੋ ਗਈ ਸੀ, ਫੇਲ ਵੈਨ ਦਾ ਪਾਰਟਨਰ ਇਨ ਦਾ ਸਕੀਮ ਵਿਦਡਰਾਅ ਸਪੋਰਟ ਕਰ ਦਿੱਤੀ ਸੀ। ਚਲੋ ਇਹ ਆਪਾਂ ਇੱਥੋਂ ਹੀ ਦੇਖਾਂਗੇ। ਦੇ ਬਲੀਵ ਦ ਬਾਈਕ ਸ਼ੇਅਰਿੰਗ 1990। ਦੇਖੋ ਆ ਪੀਪਲ ਆਰ ਬਿਕਮ ਮੋਰ ਇਨਵਾਇਰਮੈਂਟਲੀ, ਠੀਕ ਹੈ, ਪੀਪਲ ਦਾ ਜਿਹੜਾ ਸੀਗਾ ਇਟ ਮੇਡ ਏ ਪੋਸੀਬਲ ਚੇਂਜ ਦਾ ਪੀਪਲ ਐਟੀਟਿਊਡ ਦੇ ਵਿੱਚ ਗੱਲ ਹੋ ਗਈ ਆ। ਚਲੋ ਆਹ ਹੋ ਗਈ ਆ, ਬਿਕਮ ਮੋਰ, ਦੇਖੋ ਇੰਨਾ ਟਾਈਮ ਨਹੀਂ, ਮੈਂ ਤੁਹਾਨੂੰ ਸਿਰਫ ਐਕਸਪਲੇਨ ਕਰਿਆ, ਮੈਂ ਤਾਂ ਦਵਾ ਦਵਾ ਆਹ ਪੜ੍ਹਨਾ ਹੀ ਨਹੀਂ ਸੀ, ਮੈਂ ਤਾਂ ਜਿਹੜੇ ਨਹੀਂ ਮਿਲੇ ਉਹ 2 ਮਿੰਟ ਟਿੱਕ ਚਲਾ ਕੇ ਅੱਗੇ ਨਿਕਲ ਜਾਣਾ ਸੀ, ਸਿਰਫ ਤੁਹਾਨੂੰ ਦਿਖਾ ਰਿਹਾ ਹਾਂ। ਠੀਕ ਹੈ, ਪ੍ਰੂਵ ਦੈਟ ਬਾਈਕ ਸ਼ੇਅਰਿੰਗ ਰੀਅਰ ਪੋਸੀਬਲੀ ਏ ਨਿਊ 1995 ਦਾ ਬਾਈਕ ਸ਼ੇਅਰਿੰਗ ਇਜ਼ ਨੋ ਲੋਂਗਰ ਫਰੀ, ਫਰੀ ਨਹੀਂ ਸੀਗੀ, ਨੋ ਲੋਂਗਰ ਫਰੀ ਨਹੀਂ ਰਹੀ। ਕਿਉਂ? ਕਿਉਂਕਿ ਜਿਹੜੇ ਸੀਗੀ ਮੈਨੇਜਮੈਂਟ ਸੀਗੀ, ਠੀਕ ਹੈ, ਦਾ ਪਾਰਟਨਰ ਆਫ ਸਕੀਮ ਵਿਦਡਰਾਅ ਸਪੋਰਟ, ਉਹਨਾਂ ਨੂੰ ਸਪੋਰਟ ਰਹਾ ਦੀ ਫੀਲ ਜਿਹੜੀ ਸੀਗੀ ਲੋਂਗਰ ਨਹੀਂ ਰਹੀ ਸਾਡੀ, ਹੈ ਨਾ, ਕਿ ਅਵੇਲੇਬਲ ਨਹੀਂ ਰਹੀ ਜ਼ਿਆਦਾ। ਚਿਪ ਡਿਵੈਲਪਮੈਂਟ ਆਫ ਦੀ ਡੱਚ ਪੋਸਟ ਬੈਂਕ, ਪੇਮੈਂਟ ਵਾਜ਼ ਮੇਡ ਵਿਦ ਦੀ ਚਿਪ ਕਾਰਡ ਡੈਵਲਪਡ ਬਾਈ ਡੱਚ ਪੋਸਟ ਬੈਂਕ, ਦਾ ਡਿਜ਼ਾਇਨ ਦਾ ਸਟੱਡੀ ਓਫ ਬਾਈਕ ਲੋਕ ਨਾਲ ਸਪੈਸ਼ਲ ਰੈਕ ਜਿਵੇਂ ਦਾ ਪਲੇਨ ਸਟਾਰਟ ਔਨ 2 ਬਾਈਕ ਡਿਸਟ੍ਰੀਬਿਊਟ 5 ਸਟੇਸ਼ਨ ਦੇ ਉੱਤੇ। ਠੀਕ ਆ, ਦੇਖੋ ਯਾਰ ਮੇਰੇ ਹਿਸਾਬ ਨਾਲ ਤਾਂ ਇਹ ਜਿਹੜੀਆਂ ਆਪਾਂ ਐਲੀਮੀਨੇਟ ਕਰਦੇ, ਐਲੀਮੀਨੇਟ ਮੈਥਡ ਹੀ MCQ ਵਿੱਚ ਤੁਸੀਂ ਯੂਜ਼ ਕਰੋ। ਆਹ ਚੀਜ਼ ਸਾਡਾ ਹੋ ਗਿਆ, ਆਹ ਜਿਹੜੀ ਸੀਗੀ ਫੇਲ ਹੋ ਗਈ ਵੈਨ ਦਾ ਪਾਰਟਨਰ। ਦੇਖੋ ਸਾਡੇ ਕੋਲ 2 ਹੀ ਬਚੇ ਆ, ਸਾਡਾ BD ਆਪਾਂ ਲਗਾ ਦਿੱਤਾ ਚੱਕ ਕੇ। ਠੀਕ ਆ, ਐਲੀਮੀਨੇਸ਼ਨ ਮੈਥਡ ਹੀ MCQ 'ਚ ਯੂਜ਼ ਹੋਣਾ, ਇਹੀ ਮੈਂ ਤਾਂ ਇਹੀ ਕਰਦਾ ਹਾਂ, ਇਹਦੇ ਕਰਕੇ ਹੀ ਮੇਰੇ ਮਾਰਕਸ ਆਏ ਨੇ। ਅੱਗੇ 2 ਫੋਲੋਇੰਗ ਸਟੇਟ ਦੀ ਟੈਕਸ ਅਬਾਊਟ ਟੂਡੇ, ਦੇਖੋ ਆਹ ਵਰਡ ਲੱਭਣਾ ਸੀ ਟੂਡੇ। ਠੀਕ ਹੈ, ਇੱਥੇ ਤੱਕ ਹੋ ਗਿਆ, ਹੁਣ ਇਸ ਤੋਂ ਅੱਗੇ ਹੀ ਹੋਊਗਾ ਸਾਡਾ ਟੂਡੇ। ਆ ਰਿਹਾ ਵਰਡ, ਲੱਭ ਗਿਆ ਟੂਡੇ। ਠੀਕ ਹੈ, ਹੁਣ ਇਹਦੇ ਵਿੱਚ ਕੀ ਕਿਹਾ ਆ, 30% ਆਫ ਆਲ ਟ੍ਰਿਪ ਆਰ ਮੇਡ ਬਾਏ ਬਾਈਕ ਦੁਆਰਾ ਮੇਡ ਹੁੰਦੇ ਸੀ, ਅਲੋਂਗ ਵਿਦ ਜੋ ਵੀ ਆ ਇਹ, ਇਟ ਇਜ਼ ਰਿਗਾਰਡਡ ਐਜ਼ ਵਨ ਆਫ ਦੀ 2 ਮੋਸਟ ਸਾਈਕਲ ਫਰੈਂਡਲੀ ਕੈਪੀਟਲ ਇਨ ਦਾ ਵਰਲਡ, ਬਟ ਸਿਟੀ ਨੈਵਰ ਗੋਟ ਅਨਦਰ ਵਿਟ ਜੋ ਵੀ ਹੈ। ਠੀਕ ਹੈ, ਮੋਲੀਨਾਰ ਬਿਲੀਵ ਦਿਸ ਮੇ ਬੀ ਬਿਕੋਜ਼ ਐਵਰੀਵਨ ਅੰਡਰਸਟੈਂਡ ਆਲਰੇਡੀ ਹੈਜ਼ ਏ ਬਾਈਕ। ਠੀਕ ਹੈ, ਬਾਈਕ ਹੈਗੀ ਆਲਰੇਡੀ ਸਾਰਿਆਂ ਕੋਲ, ਹਾਊਐਵਰ ਕੈਨ ਨੋਟ ਚੇਂਜ ਅੰਡਰਸਟੈਂਡ ਨੀਡ ਟੂ ਦ ਬਾਈਕ ਸ਼ੇਅਰਿੰਗ ਸਕੀਮ, ਪੀਪਲ ਟਰੈਵਲ ਅੰਡਰਗਰਾਊਂਡ ਡੋਂਟ ਕੈਰੀ ਦੇਅਰ ਬਾਈਕ।
ਜਿਹੜੇ ਅੰਡਰਗਰਾਉਂਡ ਜਾਂਦੇ ਉਹਨਾਂ ਬਾਈਕ ਨਾਲ ਲਿਜਾਣ ਦੀ ਲੋੜ ਨਹੀਂ, ਔਫਨ ਦੀ ਅਡੀਸ਼ਨਲ ਟਰਾਂਸਪੋਰਟ ਟੂ ਰੀਚ ਦੇਅਰ ਫਾਈਨਲ ਡੈਸਟੀਨੇਸ਼ਨ, ਔਫਨ ਦੇ ਨੀਡ ਅਡੀਸ਼ਨਲ ਟਰਾਂਸਪੋਰਟ ਚਾਹੀਦਾ ਸੀ ਉਹਨਾਂ ਡੈਸਟੀਨੇਸ਼ਨ 'ਤੇ ਜਾਣ ਲਈ, ਉੱਦਾਂ ਉਹ ਬਾਈਕ ਬਾਈਕਾਂ ਯੂਜ਼ ਕਰਦੇ ਸੀ। ਆਲਵੇਜ਼ ਸਟ੍ਰੇਂਜ ਸਿਟੀ ਡਜ਼ ਨੋਟ ਹੈਵ ਸਕਸੈਸਫੁਲ ਬਾਈਕ ਸਕੀਮ, ਇਹ ਸਿਟੀ ਵਿੱਚ ਡਜ਼ ਨੋਟ ਹੈਵ ਸਕਸੈਸਫੁਲ ਬਾਈਕ ਸਕੀਮ ਸੀਗੀ। ਆਪਟੀਮਿਜ਼ਮ ਔਨ ਦਾ ਫਿਊਚਰ, ਫਿਊਚਰ ਦੇ ਬਾਰੇ ਉਹ ਸੋਚਦੇ ਸੀ ਕਿ ਬਾਈਕ ਦੀ ਲੋੜ ਨਹੀਂ ਹੋਈ। 16 ਚਾਂਸ ਬਿਕਮ ਪੀਪਲ ਪਰਵਰਟ ਦੇਅਰ ਗਿਵ ਲੀਵਸ ਟੂ ਦੇਅਰ ਗਾਡ, ਫਿਊਚਰ ਵਿੱਚ ਉਹ ਮੈਂਟਲੀ ਉਹਨਾਂ ਦੀ ਜਿਹੜੀ ਥਿੰਕਿੰਗ ਸੀ ਉਹ ਟੋਟਲੀ ਚੇਂਜ ਹੋ ਗਈ। ਟੂਡੇ ਐਵਰੀਵਨ ਲੌਂਗ ਸਿਟੀ ਐਂਡ ਨੋਟ ਡੋਮੀਨੇਟ ਬਾਈ, ਕਾਰ ਯੂਜ਼ ਨਹੀਂ ਕਰਦੇ ਬਾਈਕ ਯੂਜ਼ ਕਰਦੇ ਆ। ਹੁਣ ਦੇਖਦੇ, ਦ ਮਜੋਰਿਟੀ ਆਫ ਰੈਜੀਡੈਂਟ ਵੁੱਡ ਲਾਈਕ ਟੂ ਪ੍ਰੀਵੈਂਟ ਆਲ ਕਾਰ ਐਂਟਰਿੰਗ ਦਾ ਸਿਟੀ, ਨਹੀਂ ਐਲੀਮੀਨੇਟ ਕਰੋ ਕਿਉਂਕਿ ਕਾਰ ਤਾਂ ਉਹਨਾਂ ਨੂੰ ਚਾਹੀਦੀ ਨਹੀਂ, ਉਹਨਾਂ ਦੀ ਟੋਟਲੀ ਚੇਂਜ ਹੋ ਚੁੱਕੀ ਆ ਸੋਚ, ਠੀਕ ਆ। ਦੀ ਲਿਟਲ ਕੀ ਲਿਖਿਆ ਹੈ, ਦ ਲਿਟਲ ਲਾਈਕ ਲਾਈਕਲੀਹੁੱਡ ਆਫ ਦ ਸਿਟੀ ਹੈਵਿੰਗ ਅਨਦਰ ਬਾਈਕ ਸ਼ੇਰਿੰਗ, ਨਹੀਂ ਕੋਈ ਅਨਦਰ ਬਾਈਕ ਸ਼ੇਰਿੰਗ ਸਕੀਮ ਗੱਲ ਨਹੀਂ। ਮੋਰ ਟ੍ਰਿਪ ਇਨ ਦਾ ਸਿਟੀ ਮੇਡ ਬਾਏ ਬਾਈਕ ਦੈਨ ਬਾਏ ਐਨੀ ਅਨਦਰ, ਮੋਰ ਟ੍ਰਿਪਸ ਇਨ ਦਾ ਸਿਟੀ ਮੇਡ ਬਾਏ ਬਾਈਕ ਦੈਨ ਬਾਏ ਐਨੀ ਅਦਰ ਫੋਰਮ ਆਫ ਟਰਾਂਸਪੋਰਟ, ਨਹੀਂ ਕੰਪੈਰੀਜ਼ਨ ਕਰ ਦਿੱਤਾ ਨਾ ਦੈਨ ਬਾਏ ਐਨੀ ਅਦਰ ਟਰਾਂਸਪੋਰਟ, ਉਹਦੀ ਕੋਈ ਗੱਲ ਹੋਈ ਆ, ਨਹੀਂ। ਚਲੋ ਇਹ ਵੀ ਲਿਮਿਟ ਆ, ਦੋ ਵਜੇ ਮੈਂ ਦੋ ਲਾ ਦੇਣੇ, ਮੇਰਾ ਇਹ ਸਕੀਮ ਆ, ਦੋ ਵਜੇ ਮੈਂ ਦੋ ਲਾ ਦੇਣਾ, ਮੈਂ ਸੋਚਣਾ ਨਹੀਂ। ਬਾਈਕ ਸ਼ੇਅਰ ਸਕੀਮ ਵੁੱਡ ਬੀ ਬੈਨੀਫਿਸ਼ੀਅਲ ਐਜ਼ ਇਨ ਰੂਲ ਯੂਜ਼ ਪਬਲਿਕ ਟਰਾਂਸਪੋਰਟ, ਬੈਨੀਫਿਸ਼ੀਅਲੀ ਸੀ ਉਹ ਜ਼ਿਆਦਾਤਰ ਆਪਣਾ ਮਤਲਬ ਕਿ ਬਾਈਕਾਂ ਦੇ ਉੱਤੇ ਜਾਂਦੇ ਸੀ। ਆਹ ਦੇਖੋ, 30% ਮੇਡ ਬਾਏ ਬਾਈਕ ਅਲੋਂਗ ਵਿਦ ਰਿਗਾਰਡ ਵਨ ਟੂ ਸਾਈਕਲ ਫਰੈਂਡਲੀ ਕੈਪੀਟਲ ਔਨ ਦਾ ਵਰਲਡ ਐਂਡ ਗੋਟ ਅਨਦਰ, ਠੀਕ ਹੈ। ਜਦੋਂ ਉਹਨਾਂ ਨੇ ਜ਼ਿਆਦਾ ਅੰਡਰਗਰਾਊਂਡ ਜਾਣਾ ਤਾਂ ਹੀ ਉਹਨਾਂ ਨੂੰ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਦੀ ਲੋੜ ਪੈਂਦੀ ਸੀ। ਦ ਸਿਟੀ ਐਜ਼ ਰੈਪੂਟੇਸ਼ਨ ਐਜ਼ ਏ ਪਲੇਸ ਦੈਟ ਵੈਲਕਮ ਸਾਈਕਲਿਸਟ ਨੂੰ ਵੈਲਕਮ ਕਰਦੇ ਸੀ, ਠੀਕ ਹੈ। ਉਹਨਾਂ ਦੀ ਰੈਪੂਟੇਸ਼ਨ ਸੀ ਕਾਰ ਵਾਲਿਆਂ ਨੂੰ ਕਿ ਡੋਮੀਨੇਟ ਕਰ ਦਿੱਤਾ, ਡੋਮੀਨੇਟ ਬਾਏ ਕਾਰਸ, ਪਰ ਉਹ ਬਾਈਕ ਵਾਲਿਆਂ ਨੂੰ ਕੀ ਕਰਦੇ ਸੀਗੇ ਕਿ ਦੇਖਾ ਦੇਖੋ ਨਾ, ਮੋਸਟ ਆਫ ਦ ਸਾਈਕ ਫਲੈਂਡਰੀ ਕੈਪੀਟਲ ਇਨ ਦਾ ਵਰਲਡ, ਠੀਕ ਹੈ। ਬਾਈਕ ਵਾਲਿਆਂ ਨੂੰ ਕਰਦੇ, ਦੇਖੋ ਆਹ ਐਲੀਮੀਨੇਟ ਕਰ ਦਿੱਤੇ ਆ, ਦੋ ਵਜੇ ਮੈਂ 2-6 ਆਂਸਰ ਲਾ ਤੇ, ਇੰਨਾ ਟਾਈਮ ਨਹੀਂ ਹੈਗਾ ਸੋਚਣ ਦਾ, ਨਾ ਹੀ ਪਿੱਛੇ ਵਾਰ ਵਾਰ ਚੈੱਕ ਕਰਨ ਦਾ, ਕਿਉਂਕਿ ਮੈਂ ਸਿਰਫ ਇੰਨੀ ਚੀਜ਼ ਪੜ੍ਹ ਲਈ ਥੋੜ੍ਹੀ ਜੀ ਸਮਝ ਆਈ। ਜੇ ਕਿਸੇ ਨੂੰ ਇਹਦੇ ਵਿੱਚ ਵੀ ਡਾਊਟ ਆ ਪਲੀਜ਼ ਲੈਟ ਮੀ ਨੋ ਇਨ ਕਮੈਂਟ ਸੈਕਸ਼ਨ। ਅਤੇ ਬਾਕੀ ਮੈਨੂੰ ਇੱਕ ਵੀਰ ਨੇ ਕਿਹਾ ਸੀਗਾ ਕਿ ਯਾਰ ਇਹਦੀ ਵੋਕੈਬਲਰੀ ਦੱਸੋ, ਹੈ ਨਾ ਯਾਰ ਵੀਰ, ਵੋਕੈਬਲਰੀ ਬਹੁਤ ਜ਼ਿਆਦਾ ਆ, ਮੈਂ ਇੱਕ ਇੱਕ ਵਰਡ ਤੁਹਾਨੂੰ ਨਹੀਂ ਦੱਸ ਸਕਦਾ, ਬਟ ਫਿਰ ਵੀ ਮੈਂ ਇੱਕ ਚੀਜ਼ ਕਰ ਸਕਦਾ ਹਾਂ ਕਿ ਥੋੜ੍ਹੇ ਜਿਹੇ ਵਰਡ ਹੁਣ ਮੈਂ ਦੱਸ ਦਿੰਦਾ ਜਿਹੜੇ ਤੁਸੀਂ ਮਤਲਬ ਕਰ ਸਕਦੇ ਹੋ ਜੋ ਰੀਡਿੰਗ ਵਿੱਚ ਤੁਹਾਡੇ ਕੰਮ ਆਊਗੇ, ਜਿਵੇਂ ਕਿ ਸਾਨੂੰ ਕਿਸ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਥੋੜ੍ਹਾ ਜਿਹਾ, ਅਤੇ ਉਹ ਮੈਂ ਚੀਜ਼ ਤੁਹਾਡੇ ਲਈ ਥੋੜ੍ਹੀ ਕਰ ਸਕਦਾ ਹਾਂ ਕਿ ਜਿਹੜੇ ਮੈਂ ਖੁਦ ਵਰਡ ਲਿਖੇ ਨੇ, ਠੀਕ ਹੈ, ਹਿੰਦੀ ਪੰਜਾਬੀ ਦੇ ਵਿੱਚ, ਉਹ ਮੈਂ ਤੁਹਾਨੂੰ ਐਕਸਪਲੇਨ ਕਰ ਸਕਦਾ ਹਾਂ। ਦੇਖੋ ਆਹ ਟਾਸਕ 2 ਦੇ ਆ, ਮੈਂ ਬਾਅਦ 'ਚ ਤੁਹਾਨੂੰ ਦਿਖਾ ਦੂੰਗਾ, ਠੀਕ ਹੈ। ਆਹ ਦੇਖੋ ਇੰਨੇ ਵਰਡ ਮੈਂ ਖੁਦ ਲਿਖੇ ਪਏ ਨੇ, ਆਹ ਦੇਖੋ ਇਹ ਸਾਰੇ ਵਰਡ ਹੀ ਨੇ ਜਿਹੜੇ ਆਪਾਂ ਹਿੰਦੀ ਪੰਜਾਬੀ ਵੋਕੈਬਲਰੀ ਦੇ। ਅਤੇ ਇਹ ਤਾਂ ਯਾਰ ਦੇਖੋ ਇੱਕ ਇੱਕ ਵਰਡ ਤਾਂ ਤੁਸੀਂ ਇਹਦੇ ਉੱਤੇ ਮੈਂ ਡਿਫਰੈਂਟ ਵੀਡੀਓ ਬਣਾਊਂਗਾ, ਜਿਹੜੀ ਇੱਕ ਇੱਕ ਵਰਡ ਤੁਸੀਂ ਖੁਦ ਲਿਖ ਸਕਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਦੱਸ ਦਿੰਦਾ, ਮਿਸਚੀਫ, ਸ਼ਰਾਰਤ, ਇਹ ਨੇ ਅੱਜ 30 ਕ੍ਰਮ ਕੰਪਲੀਟ ਕਰਨਾ। ਪ੍ਰੀਡਿਕਟ, ਠੀਕ ਹੈ, ਪ੍ਰੀਡਿਕਟ ਅੰਦਾਜ਼ਾ ਹੋ ਗਿਆ, ਨਰੇਟ ਕਰ ਦਿੱਤਾ, ਬਿਆਨ ਕਰੋ, ਜੀਓਗ੍ਰਾਫੀ, ਭੂਗੋਲਿਕ, ਠੀਕ ਹੈ, ਕੋਕਸ਼ਿਓਰ, ਐਬਸੋਲੂਟਲੀ ਸ਼ਿਓਰ, ਠੀਕ ਹੈ। ਹੋਰ ਆਹ ਲਿਖਿਆ ਹੈ ਕੰਜ਼ਰਵੇਸ਼ਨ, ਸੰਭਾਲ, ਠੀਕ ਹੈ, ਲਿਖਿਆ ਅਨਸਕਰੂਪਲੈਸ, ਠੀਕ ਹੈ, ਬੇਈਮਾਨ, ਅਲਟਰਨੇਸ਼ਨ, ਚੇਂਜਿਸ, ਅਲਟਰੇਸ਼ਨ ਕਹਿ ਸਕਦੇ ਹਾਂ ਇਹਨੂੰ ਆਪਾਂ, ਤਬਦੀਲੀਆਂ ਜਿਵੇਂ, ਠੀਕ ਹੈ, ਐਕਸਟੈਂਸਿਵਲੀ, ਬੜੇ ਪੈਮਾਨੇ 'ਤੇ ਅਸੈਸ ਟੂ ਤੱਕ ਪਹੁੰਚ, ਠੀਕ ਹੈ, ਬਾਇਸ, ਪੱਖਪਾਤ, ਠੀਕ ਹੈ, ਸਬਸਕ੍ਰਾਈਬ, ਗ੍ਰਾਹਕ ਬਣੋ, ਇਹ ਵਰਡ ਆਈ ਵਿਊ, ਓਵਰਆਲ ਵਿਊ ਨੂੰ ਕਹਿ ਦਿੰਦੇ ਆ, ਠੀਕ ਹੈ। ਇਹ ਜਿਹੜੇ ਨੇ ਥੋੜ੍ਹੇ ਇੱਦਾਂ ਦੇ ਵਰਡ ਨੇ, ਇਹਨਾਂ ਨੂੰ ਆਪਾਂ ਯੂਜ਼ ਨਹੀਂ ਕਰਾਂਗੇ ਕਿਉਂਕਿ ਇਹ ਬਹੁਤ ਘੱਟ ਯੂਜ਼ ਹੁੰਦੇ ਆ, ਐਗਜ਼ੀ ਜਨਰੇਸ਼ਨਸ ਕੁਛ ਇਵੇਂ ਆ, ਠੀਕ ਹੈ। ਵਰਚੂ, ਗੁਣ, ਇਹ ਯੂਜ਼ ਹੁੰਦਾ ਹੀ ਆ, ਅਬਾਈਡ ਬਾਏ, ਦੀ ਪਾਲਣਾ, ਠੀਕ ਹੈ। ਦੇਖੋ ਆਹ ਸਾਰੇ ਵਰਡ ਨੇ, ਤੁਸੀਂ ਇੱਕ ਵਾਰੀ ਇਹਨਾਂ ਨੂੰ ਦੇਖ ਲਓ। ਸਟੂਡੀਅਸ ਵਰਡ ਬਹੁਤ ਜ਼ਿਆਦਾ ਯੂਜ਼ ਹੁੰਦੇ ਆ, ਪੜ੍ਹਿਆ ਲਿਖੇ ਨੂੰ ਕਹਿੰਦੇ ਆ ਇਹ। ਇੱਕ ਬੁੱਕ ਵਾਰਮ, ਕਿਤਾਬੀ ਕੀੜਾ, ਠੀਕ ਹੈ, ਕੰਪੈਸ਼ੀਨੇਟ, ਦਿਆਲੂ, ਠੀਕ ਹੈ, ਠੀਕ ਹੈ, ਇਨਮਰੇਬਲ, ਅਨਗਿਨਤ, ਇੱਦਾਂ ਦੇ ਵਰਡ ਯੂਜ਼ ਹੁੰਦੇ ਆ, ਸੋਰੀ ਫੋਰ ਦੈਟ, ਆਹ ਦਿਖਾ ਦਿੰਦਾ, ਠੀਕ ਹੈ, ਕੰਪਾਈਲ, ਸੰਕਲਨ, ਲੈਗਜ਼ੀਕੋਗ੍ਰਾਫੀ, ਸ਼ਬਦ ਕੋਸ਼, ਠੀਕ ਹੈ, ਆਹ ਦੇਖੋ ਲੋਕ ਦਾ, ਇਹ ਵੀ ਯੂਜ਼ ਨਹੀਂ ਹੁੰਦਾ, ਇਹ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਆ, ਵਲਨਰੇਬਲ, ਕੁਛ ਕਮਜ਼ੋਰ, ਠੀਕ ਹੈ, ਇਹ ਵਰਡ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਹੈ। ਇਹ ਤੁਸੀਂ ਵਰਡ ਲਿਖ ਦਿਓ ਵੀਡੀਓ ਨੂੰ ਪਾਊਜ਼ ਕਰਕੇ, ਨਹੀਂ ਤਾਂ ਜੇ ਤੁਹਾਨੂੰ ਇਹ ਵਰਡ ਸਾਰੇ ਚਾਹੀਦੇ ਆ ਇਹਦੇ 'ਤੇ ਅਲੱਗ ਤੋਂ ਮੈਂ ਵੀਡੀਓ ਬਣਾ ਦੂੰਗਾ ਵੀਰ, ਮੈਨੂੰ ਦੱਸ ਦਿਓ ਕਮੈਂਟ ਸੈਕਸ਼ਨ ਵਿੱਚ ਕਿ ਹਾਂ ਵੀਰ ਸਾਨੂੰ ਇਹਦੇ ਉੱਤੇ ਵੀਡੀਓ ਚਾਹੀਦੀ ਆ। ਐਮ ਸੀ ਕਿਊਜ਼ ਦੇ ਉੱਤੇ ਤਾਂ ਮੈਂ ਅਲੱਗ ਤੋਂ ਇੱਕ ਬੜੀ ਵੀਡੀਓ ਵੀ ਬਣਾਊਂਗਾ ਕਿ ਜਿਹਦੇ ਵਿੱਚ ਮੈਂ ਇੱਕ ਇੱਕ ਐਮ ਸੀ ਕਿਊ ਤੁਹਾਨੂੰ ਸੋਲਵ ਕਰ, ਇਵੇਂ ਹੀ ਐਲੀਮੀਨੇਟਡ ਮੈਥਡ ਦੇ ਨਾਲ ਹੀ ਐਮ ਸੀ ਕਿਊ ਸਾਡੇ ਸੋਲਵ ਹੋਣਗੇ, ਕਿਉਂਕਿ ਪੇਪਰ ਵਿੱਚ ਸਾਡਾ ਇੰਨਾ ਦਿਮਾਗ ਨਹੀਂ ਹੈਗਾ ਨਾ ਇੰਨਾ ਟਾਈਮ ਆ ਕਿ ਅਸੀਂ ਇੱਕ ਇੱਕ ਕੁਸ਼ਚਨ ਨੂੰ ਬੈਠ ਕੇ ਸੋਲਵ ਕਰੀਏ, ਠੀਕ ਹੈ। ਆਹ ਵੀ ਇਸ ਦੇ ਉੱਤੇ ਵੀ ਮੈਂ ਇੱਕ ਵੀਡੀਓ ਬਣਾਊਂਗਾ ਕਿ ਯੂਜ਼ ਐਨੀ ਲੈਟਰ ਮੋਰ ਦੈਨ ਵੰਸ, ਠੀਕ ਹੈ, ਐਨੀ ਲੈਟਰ ਮੋਰ ਦੈਨ ਵੰਸ, ਇਸ 'ਤੇ ਵੀ ਮੈਂ ਇੱਕ ਵੀਡੀਓ ਬਣਾਊਂਗਾ ਸਪੈਸ਼ਲੀ,
ठीक है वीरो। चलो जे तुहानू वीडियो वधिया लगे तो कमेंट सैक्शन च जरूर दस्यो। जे किसी ने भी देखो यार किसी ने भी कोई प्रॉब्लम आती है असं भरावां वांग मैं तो चाहना है तुहाडे सारे दे एग्जाम क्लीयर होण, ठीक है। तो एक मैं तुहानू लास्ट टिप दिंदा है, जरूर टिप नू पल्ले बन लियो। की आ जिले तुसी रोज़ अपने घर सौंदे हो ना अपनी कंध दे उत्ते मेरे वीरो आ वाली डेली असैसमेंट शीट लगाओ, पेपर काढ़ लो इदा का पेपर एक कढ़ा लो प्रिंट आउट, वो डेट लिखो डेट लिखो डेट लिखो डेट लिखो, हर रोज़ की प्रोग्रेस लिखो। मैं तो इवें करता जितने मैं सौंदा सी मैं अपनी टीवी के लागे LCD के लागे अपने इवें का पेपर कंध से लगाया से, मैं डेली लिखता सी रीडिंग चो जिन्ने लिसनिंग किन्ने राइटिंग चो टोटल मेरे स्पीकिंग चो इन्ने, तो टोटल मेरा जो भी सी वो मैं लिख दिंदा सी कि इन्ने बैंड बने आ रोज़ रोज़। पर मेरे रीडिंग फ्लक्चुएट होंदे रहिंदे सी, बट मैनू पता सी मेरे लिसनिंग दे इनक्रीज़ हो रहा, राइटिंग दे इनक्रीज़ हो रहा, स्पीकिंग दे इनक्रीज़ हो रहा, स्पीकिंग दे भी मेरे 6.5 7 6 6.5 7 6 इवें रहिंदे सी, पर रीडिंग दे विच प्रॉब्लम आती सी। पर रीडिंग दे मैनू पता सी कि मेरे चलो यार 2 बार 6.5 6 6.5 7 आए ने, 5.5 भी 2 बार 3 बार आए ने, बट की पता कॉम्पीटिशन तो मेरा बराबर का चल रहा ना। इस करके अपना डेली रिपोर्ट लगा के रखो, डेली अपने स्कोर लिखिया करो, बहुत ज़्यादा बेनीफिट मिलेगा। जो सवेरे उठोगे तो कहो कि यार अज का रीडिंग मैं इन्ने वधिया लेने हैं। कभी भी देखो जो तुम्हारे इंस्टीट्यूट की रीडिंग ज़्यादा मार्क्स आते हैं तो बड़े खुश होंगे कि बई अज तो हूँ तो रीडिंग आ गई, सैकेंड डे घट आ जाते डीमोटिवेट हो जाने, वो चीज़ नहीं होनी असी, ठीक है ना वीर। अज यार मैं भी बहुत थक गया है, तो चलो कोई गल नहीं असी फिर भी ये चीज़ में असी करांगे, ठीक है। एंड जे तुसी होर भी कोई चीज़ में प्रॉब्लम फेस कर रहे हो प्लीज़ लैट मी नो कमेंट सैक्शन। ये चीज़ उत्ते भी मैं एक वीडियो बनाऊंगा जिस लिस्ट ऑफ रिसर्च रिसर्चर यू मे यूज़ एनी लैटर मोर दैन वंस, ये उत्ते भी मैं एक वीडियो बनाऊंगा इन चंगी तरीके ईजी तरीके किवें सॉल्व करते हैं। चलो मिलते हैं नैक्सट वीडियो में, तब तक के लिए सत श्री अकाल सारियां नू, ठीक है। थैंक यू सो मच, लाइक शेयर के सब्सक्राइब जरूर कर दियो, बाय बाय।